ਫਤਿਹਗੜ੍ਹ ਸਾਹਿਬ ਵਿਖੇ ਅੱਜ ਸਥਿਤੀ ਉਸ ਵਕਤ ਤਣਾਅ ਵਾਲੀ ਹੋ ਗਈ ਜਦੋਂ ਕਾਂਗਰਸ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਚੂੜੀਆਂ ਦੇਣ ਆਈਆਂ ਬੀਜੇਪੀ ਦੀਆਂ ਮਹਿਲਾ ਵਰਕਰਾਂ ਤੇ ਹੋਰਨਾਂ ਆਗੂਆਂ ਦੇ ਵਿਰੋਧ ਚ ਕਾਂਗਰਸ ਅਕਾਲੀ ਦਲ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਇਹ ਬਣ ਗਏ ਕਿ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਕਿ ਹੋ ਗਿਆ। ਦਰਅਸਲ ਮਲੋਟ ਵਿਖੇ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੂੰ ਨੰਗਾ ਕਰਕੇ ਕੁੱਟਣ ਦੇ ਮਾਮਲੇ ਚ ਬੀਜੇਪੀ ਦੇ ਮਹਿਲਾ ਮੋਰਚਾ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਚੂੜੀਆਂ ਦੇਣ ਦਾ ਪ੍ਰੋਗਰਾਮ ਸੱਦਿਆ ਗਿਆ ਸੀ। ਬੀਜੇਪੀ ਵਾਲੇ ਮਹਿਲਾ ਆਗੂਆਂ ਸਮੇਤ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫ਼ਤਰ ਚੂੜੀਆਂ ਲੈ ਕੇ ਪਹੁੰਚੇ। ਉੱਥੇ ਕਾਂਗਰਸ ਅਕਾਲੀ ਦਲ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਜਦੋਂ ਨਾਅਰੇਬਾਜ਼ੀ ਕੀਤੀ ਤਾਂ ਬੀਜੇਪੀ ਵਾਲਿਆਂ ਨੂੰ ਵਿਪਤਾ ਪੈ ਗਈ। ਪੁਲਿਸ ਨੇ ਮੁਸ਼ਕਲ ਨਾਲ ਬੀਜੇਪੀ ਵਾਲਿਆਂ ਨੂੰ ਡੀਸੀ ਦਫ਼ਤਰ ਚ ਬੰਦ ਕਰਕੇ ਕਿਸੇ ਵੀ ਅਣਹੋਣੀ ਤੋਂ ਬਚਾਇਆ। ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਬੀਜੇਪੀ ਦੇ ਝੰਡੇ ਵੇਖ ਕੇ ਉਹਨਾਂ ਦਾ ਖੂਨ ਖੋਲ ਜਾਂਦਾ ਹੈ। ਇਸੇ ਕਰਕੇ ਅੱਜ ਉਹ ਜਦੋਂ ਬੀਜੇਪੀ ਵਾਲਿਆਂ ਦਾ ਵਿਰੋਧ ਕਰ ਰਹੇ ਸੀ ਤਾਂ ਕਾਂਗਰਸ ਅਤੇ ਅਕਾਲੀ ਦਲ ਵੀ ਉਹਨਾਂ ਦੇ ਨਾਲ ਆ ਗਿਆ। ਇਹ ਜਾਣ ਕੇ ਇਹਨਾਂ ਦੀ ਇੱਕ ਸਾਜਿਸ਼ ਹੈਗੀ ਹੈ, ਇਹ ਲੇਡੀਜ਼ ਨੂੰ ਅੱਗੇ ਕਰਦੇ ਆ। ਸਾਰੀ ਪੁਲਿਸ ਦੀ ਉਸ ਦੀ ਜਿਹੜੀ ਹੈਗੀ ਹੈ ਗਵਾਹ ਹੈਗੀ ਆ ਕਿ ਕਿਸੇ ਵੀ ਵਿਅਕਤੀ ਨੇ, ਕਿਸੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਜਾਂ ਕਿਸੇ ਵਿਅਕਤੀ ਨੇ ਉਹਨਾਂ ਨੂੰ ਟੱਚ ਤੱਕ ਕਰਿਆ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ ਉਸ ਚੀਜ਼ ਲਈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਤਾਰਨੀ ਨੇ ਕਿਹਾ ਕਿ ਬੀਜੇਪੀ ਵਾਲੇ ਸ਼ਾਂਤੀ ਭੰਗ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਅਤੇ ਦਿੰਦੇ ਰਹਿਣਗੇ। ਨਾ ਇੱਥੇ ਕੋਈ ਧਰਨੇ ਝੰਡੇ ਲੈ ਕੇ ਆ ਗਏ ਸਾਨੂੰ ਗੁਰੂ ਨਾਨਕ ਖੱਟੀ ਵਾਲਿਆਂ ਨੇ, ਵੀਰ ਨੇ ਸਾਨੂੰ ਫੋਨ ਕਰੇ, ਅਸੀਂ ਜਦੇ ਆ ਗਏ। ਝੰਡੇ ਕਿਸੇ ਵੀ ਮਕਸਦ ਲਈ ਹੋਣ ਜਾਂ ਕਿਸੇ ਵੀ ਕਾਰਨ ਹੋਣ, ਜਿਹੜਾ ਅੱਜ ਬੀਜੇਪੀ ਦੇ ਝੰਡੇ ਲੈ ਕੇ ਤੁਰਦਾ ਉਹਦੇ ਖਿਲਾਫ ਤਾਂ ਅਸੀਂ ਉਸੇ ਵੇਲੇ ਪ੍ਰੋਟੈਸਟ ਕਰਦੇ ਹਾਂ। ਹਾਂ, ਸਾਡੇ ਨਾਲ ਕੁਛ ਅਕਾਲੀ, ਕੁਛ ਕਾਂਗਰਸੀ ਉਹ ਵੀ ਸਾਡੇ ਨਾਲ ਆ ਗਏ। ਹਾਲਾਂਕਿ ਪ੍ਰੋਗਰਾਮ ਇਹ ਸੀ ਵੀ ਉਹਨਾਂ ਦਾ ਕੋਈ ਨਾਗਰਾ ਸਾਹਿਬ ਨੂੰ ਕੋਈ ਪਤਾ ਨਹੀਂ ਚੂੜੀਆਂ ਚਾੜੀਆਂ ਦੇਣ ਦਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ, ਪਰ ਸਾਨੂੰ ਬੀਜੇਪੀ ਦੇ ਝੰਡੇ ਦੇਖਦੇ ਹੀ ਸਾਨੂੰ ਕਿਸਾਨੀ ਦੀ ਅੱਗ ਲੱਗ ਜਾਂਦੀ ਹੈ, ਇਸ ਕਰਕੇ ਅਸੀਂ ਪੁਰਜ਼ੋਰ ਉਹਨਾਂ ਦਾ ਵਿਰੋਧ ਕੀਤਾ। ਉੱਥੇ ਬੀਜੇਪੀ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘ ਗਰਗ ਨੇ ਗੁੰਡਾਗਰਦੀ ਦੇ ਦੋਸ਼ ਲਾਉਂਦੇ ਹੋਏ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਨੇ। ਕੀ ਗੱਲ ਬਾਤ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਰਹੀ ਹੈ, ਉਸ ਦੇ ਉਪਲਕਸ਼ ਦੇ ਵਿੱਚ ਮਹਿਲਾ ਮੋਰਚਾ ਦਾ ਪ੍ਰੋਗਰਾਮ ਸੀ ਇਹ। ਮਹਿਲਾ ਮੋਰਚਾ ਨੇ ਜੋ ਪੰਜਾਬ ਦੇ MLA ਨੇ ਉਹਨਾਂ ਨੂੰ ਚੂੜੀਆਂ ਭੇਟ ਕਰਨੀਆਂ ਸੀਗੀਆਂ, ਇਹ ਮਹਿਲਾ ਮੋਰਚਾ ਦੀ ਅਗਵਾਈ 'ਚ ਪ੍ਰੋਗਰਾਮ ਹੋ ਰਿਹਾ ਸੀ। ਪਰ ਕੁਛ ਕਾਂਗਰਸੀ ਗੁੰਡਿਆਂ ਨੇ ਜੋ ਸ਼ਰਿਆਂ ਬਾਹਰ ਖੜ੍ਹੇ ਨੇ, ਉਹਨਾਂ ਨੇ ਮਹਿਲਾਵਾਂ ਨਾਲ ਵੀ ਬਦਤਮੀਜ਼ੀ ਕੀਤੀ ਆ, ਧੱਕੇ ਮਾਰੇ ਨੇ, ਔਰ ਸਾਡੇ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ। ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਇਹ ਸਾਰਾ ਕੁਛ SSP ਦਫ਼ਤਰ 'ਚ, DC ਦਫ਼ਤਰ 'ਚ ਹੋ ਰਿਹਾ ਹੈ। ਅੱਜ DC SSP ਇਹਨਾਂ ਦੇ ਕਾਂਗਰਸ ਦੇ ਇੱਕ ਪੇਡ ਵਰਕਰ ਬਣ ਕੇ ਰਹਿ ਗਏ ਨੇ, ਪੁਲਿਸ ਦੇ ਹੱਥ ਬੰਨੇ ਹੋਏ ਨੇ। ਪੁਲਿਸ ਜੋ ਲੋਕ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਕੁਛ ਨਹੀਂ ਕਹਿ ਰਹੀ। ਇਹ ਪੰਜਾਬ 'ਚ ਲਾਅ ਐਂਡ ਆਰਡਰ ਸਥਿਤੀ ਬਹੁਤ ਖਤਰਨਾਕ ਹੈ। ਅਸੀਂ ਵਾਰ ਵਾਰ ਇਹ ਕਹਿ ਰਹੇ ਹਾਂ ਵੀ ਪੰਜਾਬ ਦੀ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਤਾਂ ਕਿ ਇੱਥੇ ਦੀ ਗੁੰਡਾਗਰਦੀ ਰੋਕੀ ਜਾ ਸਕੇ।